ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਹੈ 14 ਫਰਵਰੀ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 14 ਫਰਵਰੀ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਕੇੜੀ ਰਾਜ ਸਰਕਾਰ ਸਕੂਲਾਂ ਵਿੱਚ ਬੱਚਿਆਂ ਦੇ ਲਈ ਪੈਰਾਡਾਈਮ ਤਕਨੀਕ ਸਿੱਖਿਆ ਸ਼ੁਰੂ ਹਾਂਜੀ ਰੀਸੈਂਟਲੀ ਪੰਜਾਬ ਗਵਰਨਮੈਂਟ ਸਕੂਲਾਂ ਵਿੱਚ ਬੱਚਿਆਂ ਦੇ ਲਈ ਪੈਰਾਡਾਈਮ ਤਕਨੀਕ ਸਿੱਖਿਆ ਸ਼ੁਰੂ ਕਰੇਗੀ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਪੰਜਾਬ ਹੁਣ ਪੰਜਾਬ ਸਰਕਾਰ ਕਰੇਗੀ ਦੇਖੋ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਸ ਟੋਟਲ 36 ਪ੍ਰਿੰਸੀਪਲ ਸਿੰਗਾਪੁਰ ਦੇ ਵਿੱਚ ਟ੍ਰੇਨਿੰਗ ਲੈਣ ਲਈ ਗਏ ਸੀ ਉਥੋਂ ਟ੍ਰੇਨਿੰਗ ਲੈ ਕੇ ਆ ਕੇ ਇਹਨਾਂ ਨੇ ਜੋ ਕੁਝ ਵੀ ਸਿੱਖਿਆ ਉਸ ਨੂੰ ਭਗਵੰਤ ਸਿੰਘ ਮਾਨ ਜਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਡਿਸਕਸ ਕੀਤਾ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਹੁਣ ਬੜਾਈ ਇੰਟਰਸਟਿੰਗ ਐਂਡ ਐਕਸਾਈਟਿੰਗ ਵੇ ਦੇ ਨਾਲ ਕਰਵਾਉਣ ਦੇ ਲਈ ਇਹ ਪੈਰਾਡਾਈਮ ਤਕਨੀਕ ਸਿੱਖਿਆ ਸ਼ੁਰੂ ਕੀਤੀ ਗਈ অপਸ਼ਨ ਡੀ ਇਸ ਦਾ ਰਾਈਟ ਆਨਸਰ ਹੈ ਪੰਜਾਬ ਹੁਣ ਪੰਜਾਬ ਦੀ ਗਵਰਨਮੈਂਟ ਨੇ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਤੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਹੈ ਚੰਡੀਗੜ੍ਹ ਇਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਤੇ ਇਥੋਂ ਦੇ ਗਵਰਨਰ ਆ ਬਨਵਾਰੀ لال ਪ੍ਰੋਹਿਤ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਕੋਈ ਵੀ ਨੈਸ਼ਨਲ ਪਾਰਕ ਨਹੀਂਗਾ ਪਰ ਉਸ ਦੇ ਨਾਲ ਹੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਾਈਲਡਲਾਈਫ ਸੈਂਚਰੀਜ਼ ਆ 13 ਵਾਈਲਡਲਾਈਫ ਸੈਂਚਰੀਜ਼ ਆ ਤੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਆ ਅਬੋਹਰ ਵਾਈਲਡਲਾਈਫ ਸੈਂਚਰੀ ਠੀਕ ਹੈ ਜੀ ਇਨ੍ਹਾਂ ਤੇ ਵੀ ਅਸੀਂ ਅਲੱਗ ਤੋਂ ਵੀਡੀਓ ਬਣਾਵਾਂਗੇ ਨੈਸ਼ਨਲ ਪਾਰਕ ਤੇ ਤਾਂ ਮੈਂ ਬਣਾ ਚੁੱਕੀ ਆ ਇਨ੍ਹਾਂ ਤੇ ਮੈਂ ਨੋਟਸ ਤਿਆਰ ਕਰ ਰਹੀ ਆ ਹੁਣ ਆਪਾਂ ਗੱਲ ਕਰ ਰਹੇ ਆ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਤਿੰਨ ਦਰਿਆ ਵਗਦੇ ਨੇ ਕਿਹੜੇ ਕਿਹੜੇ ਆ ਸਤਲੁਜ ਰਾਵੀ ਅਤੇ ਵਿਆਸ ਇਹ ਤਿੰਨ ਦਰਿਆਣੇ ਜਿਹੜੇ ਕੀ ਪੰਜਾਬ ਦੇ ਵਿੱਚ ਵਗਦੇ ਨੇ ਸਤਲੁਜ ਰਾਵੀ ਅਤੇ ਵਿਆਸ ਰਾਵੀ ਅੱਧਾ ਪਾਕਿਸਤਾਨ ਦੇ ਵਿੱਚ ਆ ਤੇ ਅੱਧਾ ਪੰਜਾਬ ਦੇ ਵਿੱਚ ਆ ਠੀਕ ਹੈ ਜੀ ਤੇ ਪੰਜਾਬ ਦੀ ਜਿਹੜੀ ਹੱਦ ਆ ਜੇਕਰ ਆਪਾਂ ਪੰਜਾਬ ਦੀ ਹੱਦ ਦੀ ਗੱਲ ਕਰੀਏ ਤਾਂ ਇੱਕ ਦੇਸ਼ ਨਾਲ ਲੱਗਦੀ ਆ ਪਾਕਿਸਤਾਨ ਨਾਲ ਪੰਜਾਬ ਦੀ ਹੱਦ ਠੀਕ ਹੈ ਇਸ ਤੋਂ ਇਲਾਵਾ ਪੰਜਾਬ ਦੀ ਹੱਦ ਤਿੰਨ ਰਾਜਾਂ ਨਾਲ ਲੱਗਦੀ ਆ ਹਿਮਾਚਲ ਪ੍ਰਦੇਸ਼ Rajasthan ਹਰਿਆਣਾ ਦੇ ਨਾਲ ਲੱਗਦੀ ਆ ਤੇ ਪੰਜਾਬ ਦੀ ਹੱਦ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਲੱਗਦੀ ਆ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਪੰਜਾਬ ਦੀ ਜੇਕਰ ਅਸੀਂ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਰੀਸੈਂਟਲੀ ਮੈਂ ਤੁਹਾਨੂੰ ਕਰਵਾਇਆ ਰਾਖੀ ਗੁਪਤਾ ਪੰਡਾਰੀ ਨੇ ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਦਾ ਅਹੁਦਾ ਸੰਭਾਲ ਲਿਆ ਪੰਜਾਬ ਸਰਕਾਰ ਨੇ ਗੀਤਾਂ ਦੇ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਤੇ ਪੂਰਨ ਪਵਨ ਦੀ ਲਗਾ ਦਿੱਤੀ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਪੰਜਾਬ ਦੇ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਕੰਪਰੈਸਡ ਵਾਇਓਗੈਨਸ ਪਲਾਂਟ ਦਾ ਉਦਘਾਟਨ ਕੀਤਾ ਗਿਆ ਪੰਜਾਬ ਚਾਰ ਬਾਗਵਾਨੀ ਅਸਟੇਟ ਸਥਾਪਿਤ ਕਰੇਗਾ ਪੰਜਾਬ ਸਰਕਾਰ ਨੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਲਈ ਮਹੀਨਾਵਾਰ ਵਜੀਫੇ ਦਾ ਐਲਾਨ ਕੀਤਾ ਪੰਜਾਬ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਪੰਜਾਬ ਦੇ ਵਿੱਚ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅਸੀਂ ਨੈਕਸਟ ਐਮਸੀਕਿਊ ਕਰਦੇ ਹਾਂ ਇਸ ਦੇ ਵਿੱਚ ਹੀ ਤੁਹਾਨੂੰ ਪੰਜਾਬ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਗਲੇ ਪ੍ਰਸ਼ਨ ਦੇ ਵਿੱਚ ਆ ਹਾਲ ਹੀ ਵਿੱਚ ਕਿਹੜੇ ਮੁੱਖ ਮੰਤਰੀ ਨੇ ਵਣ ਖੇਤੀ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਦਾ ਪਹਿਲਾ ਪੋਰਟਲ ਜਾਰੀ ਕੀਤਾ ਦੇਖੋ ਜੇ ਪੰਜਾਬ ਦਾ ਪਹਿਲਾ ਹੁੰਦਾ ਤਾਂ ਵੀ ਬਹੁਤ ਮਾਣ ਵਾਲੀ ਗੱਲ ਸੀ ਕਿ ਪੰਜਾਬ ਦਾ ਪਹਿਲਾ ਪਰ ਹੁਣ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਪਹਿਲੇ ਦੀ ਭਾਰਤ ਦੇ ਪਹਿਲੇ ਦੀ ਗੱਲ ਹੋ ਰਹੀ ਆ ਤਾਂ ਰੀਸੈਂਟਲੀ ਭਗਵੰਤ ਸਿੰਘ ਮਾਨ ਨੇ ਵਣ ਖੇਤੀ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਦਾ ਪਹਿਲਾ A Tenver Portal ਜਾਰੀ ਕੀਤਾ ਠੀਕ ਹੈ ਪੋਰਟਲ ਦਾ ਨਾਮ ਜ਼ਰੂਰ ਧਿਆਨ ਸੇ ਰੱਖਣਾ A Tenver ਇਸ ਦਾ ਨਾਮ ਆ ਪੋਰਟਲ ਦਾ ਠੀਕ ਹੈ ਜੀ ਤੇ ਇਸ ਨੂੰ ਲਾਂਚ ਕੀਤਾ ਹੈ ਜਾਂ ਜਾਰੀ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਸ਼ਨ B ਇਜ਼ ਦਾ ਰਾਈਟ ਆਨਸਰ ਕਿਸ ਮਕਸਦ ਦੇ ਨਾਲ ਕੀਤਾ ਵਨ ਖੇਤੀ ਨੂੰ ਹੁਲਾਰਾ ਦੇਣ ਦੇ ਲਈ ਕੀਤਾ ਠੀਕ ਹੈ ਜੀ ਹਾਂਜੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਪੰਜਾਬ ਦੇ ਬਾਰੇ ਤੇ ਇੱਥੇ ਤੱਕ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਜਾਵੇ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਲ ਹੀ ਵਿੱਚ ਇਸਰੋ ਨੇ ਸਭ ਤੋਂ ਛੋਟਾ ਰਾਕੇਟ ਐਸਐਸਐਲਵੀਡੀ2 ਕਿਸ ਸੈਂਟਰ ਤੋਂ ਲਾਂਚ ਕੀਤਾ ਹਾਂਜੀ ਇਸਰੋ ਨੇ ਸਭ ਤੋਂ ਛੋਟਾ ਰਾਕੇਟ ਐਸਐਸਐਲਵੀਡੀ2 ਸੈਂਟਰ ਤੋਂ ਲਾਂਚ ਕੀਤਾ ਹੈ ਸतीश धवन ਸਪੇਸ ਸੈਂਟਰ ਤੋਂ ਠੀਕ ਹੈ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੁਣ ਇਸਰੋ ਨੇ ਕੀਤਾ ਇਸਰੋ ਜਾਣੇ ਕਿ ਇੰਡੀਅਨ ਸਪੇਸ ਰਿਸਰਚ ਐਂਡ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ ਹੋਈ ਸੀ 1969 ਦੇ ਵਿੱਚ ਇਸ ਦਾ ਹੈੱਡਕੁਆਰਟਰ ਬੰਗਲੌਰ ਦੇ ਵਿੱਚ ਪ੍ਰੈਸੈਂਟ ਇਸ ਦੇ ਚੇਅਰਮੈਨ ਕੌਣ ਨੇ ਐਸ ਸੋਮਨਾਥ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਦਸੰਬਰ 2022 ਵਿੱਚ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਵਿੱਚ ਕਿੰਨੀ ਪ੍ਰਤੀਸ਼ਤ ਵਾਧਾ ਹੋਇਆ ਹਾਂਜੀ ਦਸੰਬਰ 2022 ਦੇ ਵਿੱਚ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਦੇ ਵਿੱਚ ਟੋਟਲ 4.3% ਦਾ ਵਾਧਾ ਹੋਇਆ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਕਿਸ ਰਾਜ ਵਿੱਚ ਬਾਗਵਾਨੀ ਨੂੰ ਉਤਸ਼ਾਹਿਤ ਕਰਨ ਲਈ 130 ਮਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਹੈ ਹਾਂਜੀ ਰੀਸੈਂਟਲੀ ਬਾਗਵਾਨੀ ਨੂੰ ਉਤਸ਼ਾਹਿਤ ਕਰਨ ਦੇ ਲਈ 130 ਮਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਹਿਮਾਚਲ ਪ੍ਰਦੇਸ਼ ਦੀ ਗਵਰਨਮੈਂਟ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਹਿਮਾਚਲ ਪ੍ਰਦੇਸ਼ ਹੁਣ ਹਿਮਾਚਲ ਪ੍ਰਦੇਸ਼ ਦੀ ਗਵਰਨਮੈਂਟ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਕੀ ਆ Shimla ਇਹ ਸਮਰ ਕੈਪੀਟਲ ਆ ਇੱਥੋਂ ਦੀ ਵਿੰਟਰ ਕੈਪੀਟਲ ਆ Dharamshala ਇੱਥੋਂ ਦੇ ਨਵੇਂ ਬਣੇ ਚੀਫ ਮਿਨਿਸਟਰ ਆ ਸੁਖਵਿੰਦਰ ਸਿੰਘ ਸੁਖੂ ਤੇ ਕੱਲ ਹੀ ਇੱਥੋਂ ਦੇ ਗਵਰਨਰ ਚੇਂਜ ਹੋਏ ਆ ਇੱਥੋਂ ਦੇ ਗਵਰਨਰ ਹੁਣ ਬਣ ਗਏ ਨੇ Shiv Pratap Shukla ਤੇ ਇੱਥੋਂ ਦੇ ਪਹਿਲਾ ਗਵਰਨਰ ਕੌਣ ਸੀ Rajender Vishwanath Arlekar ਉਹ ਹੁਣ ਵਿਹਾਰ ਦੇ ਗਵਰਨਰ ਬਣ ਗਏ ਨੇ ਤੇ ਵਿਹਾਰ ਦੇ ਗਵਰਨਰ ਸੀ ਫਗੂ ਚੋਹਾਨ ਉਹ ਹੁਣ ਮੇਘਾਲਿਆ ਦੇ ਗਵਰਨਰ ਬਣ ਗਏ ਨੇ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਕਿਉਂਕਿ 13 13 ਆਪਾਂ ਕਹਿ ਸਕਦੇ ਹਾਂ 13 ਰਾਜਾਂ ਦੇ 12 ਰਾਜਾਂ ਦੇ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇ ਲਿਊਟੇਨੇਟ ਗਵਰਨਰ ਤੇ ਗਵਰਨਰ ਚੇਂਜ ਕੀਤੇ ਗਏ ਆ ਠੀਕ ਹੈ ਜੀ ਤੇ ਉਹ ਵੀ ਤੁਹਾਨੂੰ ਗੱਲ ਕਰਵਾ ਦਿੱਤੇ ਆ ਕਿ ਕਿਹੜੇ ਰਾਜ ਦੇ ਗਵਰਨਰ ਕਿਵੇਂ ਚੇਂਜ ਕੀਤੇ ਗਏ ਆ ਤੇ ਕਿਵੇਂ ਅਦਲਾ ਬਦਲੀ ਹੋਈ ਆ ਠੀਕ ਹੈ ਤੇ ਇਸਦੇ ਵਿੱਚ ਅਲੱਗ ਤੋਂ ਵੀ ਇੱਕ ਵੀਡੀਓ ਵੀ ਬਣਾ ਦਿੱਤੀ ਆ ਜਿਹੜੀ ਕਿ ਛੋਟੀ ਜਿਹੀ 3 ਮਿੰਟ ਦੀ ਆ ਤੁਸੀਂ ਉਹ ਵੀ ਜ਼ਰੂਰ ਦੇਖਣੀ ਆ ਤੇ ਹੁਣ ਅਸੀਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰ ਰਹੇ ਸੀ ਤਾਂ ਜਸਟਿਸ ਸਵੀਨਾ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹਿਮਾਚਲ ਪ੍ਰਦੇਸ਼ ਨੇ 25 ਜਨਵਰੀ ਨੂੰ ਆਪਣਾ 53ਵਾਂ ਸਥਾਪਨਾ ਦਿਵਸ ਮਨਾਇਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੁਖਾਰ ਸ਼ਿਆ ਸਹਾਇਤਾ ਫੰਡ ਦੀ ਸ਼ੁਰੂਆਤ ਕੀਤੀ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਸਟੇਸ਼ਨ ਤਾਸ਼ੀਗਾਂਗ ਹਿਮਾਚਲ ਪ੍ਰਦੇਸ਼ ਦੇ ਵਿੱਚ ਬਣਾਇਆ ਗਿਆ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਅਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਅਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਨਿਯੁਕਤ ਕੀਤੇ ਗਏ ਆ ਕੌਣ ਕੀਤੇ ਗਏ ਆ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਜਸਟਿਸ ਰਾਜੇਸ਼ ਵਿੰਦਲ অপশন বি ইজ দা রাইট আনসার এ Allahabad হাই কোর্ট ਦੇ چیف ਜਸਟਿਸ ਅਪੁਆਇੰਟ ਹੋਏ ਆ ਹੁਣ ਅਸੀਂ ਇੱਕ ਅਪੁਆਇੰਟਮੈਂਟ ਦੀ ਗੱਲ ਕੀਤੀ ਆ ਤਾਂ ਰੀਸੈਂਟਲੀ ਮੈਂ ਤੁਹਾਨੂੰ ਕਰਵਾਇਆ ਸੀ ਟੁয়ਟਾ ਨੇ ਕੌਜੀ ਸੱਤੂ ਨੂੰ ਆਪਣਾ ਨਵਾਂ ਸੀਈਓ ਚੁਣਿਆ ਵਿਕਟੋਰੀਆ ਗੋਰੀ ਨੇ ਮ드ਰਾਸ হাই কোর্ਟ ਦੇ ਜੱਜ ਵਜੋਂ ਸੌਂ ਚੁੱਕੀ ਕੈਨਰਾ ਬੈਂਕ ਦੇ ਐਮਡੀ ਅਤੇ ਸੀਈਓ ਬਣੇ ਕੇ ਸਤਿਆਨਾਰਾਇਣ ਰਾਜੂ ਤੇ ਅਨ ਅਪਸਰਾ ਅਯਰ ਨੂੰ ਹਾਰਵਰਡ ਲਾਅ ਰਿਵਿਊ ਦੀ ਪ੍ਰਧਾਨ ਚੁਣਿਆ ਗਿਆ ਨੇਪਾਲ ক্রিকেট ਐਸੋਸੀਏਸ਼ਨ ਨੇ ਮੌਂਟੀ ਦੋਸਾਈ ਨੂੰ ਮੁੱਖ ਕੋਚ ਨਿਯੁਕਤ ਕੀਤਾ। ਅਗਲਾ ਪ੍ਰਸ਼ਨ ਹਾਲ ਹੀ ਵਿੱਚ ਕਿਸ ਰਾਜ ਵਿੱਚ ਨਕਲ ਵਿਰੋਧੀ ਕਾਨੂੰਨ ਲਾਗੂ ਕੀਤਾ ਗਿਆ? ਹਾਂਜੀ ਰੀਸੈਂਟਲੀ ਉੱਤਰਾਖੰਡ ਰਾਜ ਦੇ ਵਿੱਚ ਨਕਲ ਵਿਰੋਧੀ ਕਾਨੂੰਨ ਨੂੰ ਲਾਗੂ ਕੀਤਾ ਗਿਆ। ਆਪਸ਼ਨ B ਇਜ਼ ਅ ਰਾਈਟ ਆਨਸਰ। ਹੁਣ ਜੇਕਰ ਉੱਤਰਾਖੰਡ ਦੇ ਵਿੱਚ ਜੇਕਰ ਕੋਈ ਵੀ ਕੈਂਡੀਡੇਟ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜਾਨੀ ਕਿ ਗਵਰਨਮੈਂਟ ਐਗਜ਼ਾਮ ਦੇ ਵਿੱਚ ਨਕਲ ਮਾਰਦਾ ਫੜਿਆ ਗਿਆ ਤਾਂ ਉਸ ਤੇ 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜਾਂ ਫਿਰ 10 ਸਾਲ ਤੱਕ ਦੀ ਉਹਨੂੰ ਸਜ਼ਾ ਹੋ ਸਕਦੀ ਆ ਇਹ ਹੈ ਨਕਲ ਵਿਰੋਧੀ ਕਾਨੂੰਨ ਠੀਕ ਹੈ ਜਿਹੜਾ ਕਿ ਉੱਤਰਾਖੰਡ ਦੇ ਵਿੱਚ ਨਕਲ ਮਾਰਨ ਵਾਲੇ ਕੈਂਡੀਡੇਟ ਤੇ ਲਾਗੂ ਹੋਵੇਗਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਉੱਤਰਾਖੰਡ ਹੁਣ ਅਸੀਂ ਗੱਲ ਕੀਤੀ ਆ ਉੱਤਰਾਖੰਡ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰਾਖੰਡ ਉਤਰਾਖੰਡ ਦੀ ਕੈਪੀਟਲ ਕੀ ਆ ਦਹਰਾਦੂਨ ਤੇ ਸਮਰ ਕੈਪੀਟਲ ਬਣੀਆ ਗੈਰ ਸੇ ਇਥੋਂ ਦੇ ਚੀਫ ਮਿਨਿਸਟਰ ਆ ਪੁਸ਼ਕਰ ਸਿੰਘ ਧਾਮੀ ਇਥੋਂ ਦੇ ਗਵਰਨਰ ਆ ਗੁਰਮੀਤ ਸਿੰਘ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਆ ਹੈਲੀ ਨੈਸ਼ਨਲ ਪਾਰਕ ਜਿਸ ਦੀ ਸਥਾਪਨਾ ਹੋਈ ਸੀ 1936 ਦੇ ਵਿੱਚ ਤੇ ਇਸ ਦਾ ਨਾਮ ਆ ਹੈਲੀ ਨੈਸ਼ਨਲ ਪਾਰਕ ਇਹ ਭਾਰਤ ਦਾ ਸਭ ਤੋਂ ਪਹਿਲਾ ਨੈਸ਼ਨਲ ਪਾਰਕ ਆ ਤੇ ਐਟ ਪ੍ਰੈਜ਼ੈਂਟ ਇਸ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਐਟ ਪ੍ਰੈਜ਼ੈਂਟ ਇਸ ਨੂੰ ਜਿਮ ਕੋਰਵਟ ਦੇ ਨੈਸ਼ਨਲ ਪਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਮ ਕੋਰਬਟ ਵੀ ਆ ਸਕਦਾ ਜਿਮ ਕੋਰਬਟ ਵੀ ਆ ਸਕਦਾ ਜਿਮ ਕੌਰਵਿਟ نیشنل ਪਾਰਕ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਤੁਹਾਨੂੰ ਕਈ ਜਗ੍ਹਾ ਤੇ ਜਿਮ ਕਾਰਬੇਟ ਵੀ ਲਿਖਿਆ ਮਿਲੇਗਾ ਠੀਕ ਹੈ ਜੀ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਹੋਰ نیشنل ਪਾਰਕ ਦੀ ਤਾਂ ਉੱਤਰਾਖੰਡ ਦੇ ਵਿੱਚ ਗੰਗੋਤਰੀ نیشنل ਪਾਰਕ ਠੀਕ ਹੈ ਰਾਜਾਜੀ نیشنل ਪਾਰਕ ਰਾਜਾਜੀ نیشنل ਪਾਰਕ ਨੰਦਾ ਦੇਵੀ نیشنل ਪਾਰਕ ਵੈਲੀ ਆਫ ਫਲਾਵਰਸ نیشنل ਪਾਰਕ ਹਾਂਜੀ ਕਿਹੜਾ ਵੈਲੀ ਆਫ ਫਲਾਵਰਸ ਠੀਕ ਹੈ ਜੀ ਇਹ ਨੈਸ਼ਨਲ ਪਾਰਕ ਆ ਉੱਤਰ ਖੰਡ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਗੋਵਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕ ਆ ਗੋਵਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਨੈਸ਼ਨਲ ਪਾਰਕ ਨੇ ਉੱਤਰਾਖੰਡ ਦੇ ਇਸ ਤੋਂ ਇਲਾਵਾ ਉੱਤਰਾਖੰਡ ਦੇ ਮੁੱਖ ਮੰਤਰੀ ਨੇ 2025 ਤੱਕ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਐਲਾਨ ਕੀਤਾ ਲਿਊਮਿੰਸ ਦੁਆਰਾ ਭਾਰਤ ਦੀ ਪਹਿਲੀ ਹਰੀ ਊਰਜਾ ਧਾਰਿਤ ਸੋਲਰ ਪੈਨਲ ਫੈਕਟਰੀ ਉੱਤਰਾਖੰਡ ਦੇ ਵਿੱਚ ਬਣਾਈ ਜਾਵੇ ਜਾਵੇਗੀ ਤੇ ਜਹਾਂ ਤਿਰਮੇ ਗਨਤੰਤਰ ਦਿਵਸ ਪ੍ਰੇਡ ਵਿੱਚ ਉੱਤਰਾਖੰਡ ਦੀ ਝਾਕੀ ਨੇ ਪਹਿਲਾ ਇਨਾਮ ਜਿੱਤਿਆ ਵੈਰੀ ਵੈਰੀ ਇੰਪੋਰਟੈਂਟ ਠੀਕ ਹੈ ਜੀ ਹੁਣ ਅਸੀਂ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ ਦੀ ਹਾਲ ਹੀ ਵਿੱਚ 12ਵੀਂ ਵਿਸ਼ਵ ਹਿੰਦੀ ਕਾਨਫਰੰਸ ਕਿੱਥੇ ਆਯੋਜਿਤ ਕੀਤੀ ਗਈ ਹਾਂਜੀ 12ਵੀਂ ਹਿੰਦੀ ਕਾਨਫਰੰਸ ਕਿੱਥੇ ਆਯੋਜਿਤ ਕੀਤੀ ਗਈ ਆ ਇਹ ਕੀਤੀ ਗਈ ਆ ਜੀ ਫਿਜ਼ੀ ਦੇ ਵਿੱਚ ਆਪਸ਼ਨ ਏ ਇਜ਼ ザ ਰਾਈਟ ਆਨਸਰ ਹੁਣ ਅਸੀਂ ਗੱਲ ਕੀਤੀ ਆ ਫਿਜ਼ੀ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਫਿਜੀ ਫਿਜੀ ਦੀ ਕੈਪੀਟਲ ਕੀ ਆ ਸੁਵਾ ਇੱਥੋਂ ਦੀ ਕਰੰਸੀ ਆ ਫਿਜੀਅਨ ਡਾਲਰ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਸੀਰੀ ਵੈਨੀ ਰਾਬੂਕਾ ਅਗਲਾ ਪ੍ਰਸ਼ਨ ਆ G20 ਫੂਡ ਫੈਸਟੀਵਲ ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ G20 ਫੂਡ ਫੈਸਟੀਵਲ ਆਯੋਜਿਤ ਕੀਤਾ ਗਿਆ ਹੈ ਨਵੀਂ ਦਿੱਲੀ ਦੇ ਵਿੱਚ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਜਦੋਂ ਤੋਂ G20 ਦੀ ਪ੍ਰਧਾਨਗੀ ਭਾਰਤ ਨੂੰ ਮਿਲੀ ਆ ਉਸ ਸਮੇਂ ਤੋਂ G20 ਦੇ ਆਯੋਜਨ ਅਲੱਗ-ਅਲੱਗ ਸਹਿਰਾਂ ਦੇ ਵਿੱਚ ਹੋ ਰਹੇ ਆ ਤਾਂ ਹੁਣ G20 ਫੂਡ ਫੈਸਟੀਵਲ ਦੀ ਜਿਹੜਾ ਆਯੋਜਨਾ ਇਹ ਨਵੀਂ ਦਿੱਲੀ ਦੇ ਵਿੱਚ ਹੋਇਆ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਕਿਸ ਦੇਸ਼ ਵਿੱਚ ਮੁੱਕ ਡੱਡੂ ਦੀ ਇੱਕ ਨਵੀਂ ਪ੍ਰਜਾਤੀ ਖੋਜੀ ਗਈ ਹੈ ਹਾਂਜੀ ਮੁੱਕ ਡੱਡੂ ਇਸ ਦੀ ਨਵੀਂ ਪ੍ਰਜਾਤੀ ਖੋਜੀ ਗਈ ਆ ਕਿੱਥੇ ਖੋਜੀ ਗਈ ਆ ਤੰਜ਼ਾਨੀਆ ਦੇ ਵਿੱਚ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੁਣ ਤੰਜ਼ਾਨੀਆ ਦੇ ਵਿੱਚ ਖੋਜੀ ਗਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੰਜ਼ਾਨੀਆ ਤੰਜ਼ਾਨੀਆ ਦੀ ਕੈਪੀਟਲ ਆ ਡੋਡੋਮਾ ਇਥੋਂ ਦੀ ਕਾਂਸੀ ਆ ਤੰਜ਼ਾਨੀਆ ਸੀਲਿੰਗ ਇਥੋਂ ਦੇ ਪ੍ਰੈਜ਼ੀਡੈਂਟ ਆ ਸ਼ਾਮੀਆ ਸ਼ੁਲੂ ਹਸਨ ਅਗਲਾ ਪ੍ਰਸ਼ਨਾ ਜੀ ਹਾਲ ਹੀ ਵਿੱਚ ਐਡਵਾਂਸਡ ਡਰੋਨ 에ਅਰ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਉਦਘਾਟਨ ਕਿਸ ਰਾਜ ਦੁਆਰਾ ਸੌਰੀ ਕਿਸ ਦੁਆਰਾ ਕੀਤਾ ਗਿਆ ਹਾਂਜੀ ਐਡਵਾਂਸਡ ਡਰੋਨ 에ਅਰ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਉਦਘਾਟਨ ਸਾਡੇ ਕੇਂਦਰੀ ਨਿਤਿਨ ਗੜਕਰੀ ਮੰਤਰੀ ਨੇ ਕੀਤਾ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਤੇ ਇਹਨਾਂ ਨੇ ਐਡਵਾਂਸਡ ਡਰੋਨ 에ਅਰ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਉਦਘਾਟਨ ਨਵੀਂ ਦਿੱਲੀ ਦੇ ਵਿੱਚ ਕੀਤਾ ਅਗਲਾ ਪ੍ਰਸ਼ਨ ਆ ਜੀ ਹਾਲ ਹੀ ਵਿੱਚ ਕੇਸ ਰਾਜ ਸਰਕਾਰ ਨੇ ਆਪਣੇ ਬਜਟ ਵਿੱਚ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਮੁਫਤ ਕਰਨ ਦੀ ਯੋਜਨਾ ਪੇਸ਼ ਕੀਤੀ ਹੈ ਬਹੁਤ ਹੀ ਮਾਣ ਵਾਲੀ ਗੱਲ ਹੈ ਇੱਕ ਰਾਜਸਥਾਨ ਦੀ ਗਵਰਨਮੈਂਟ ਤੇ ਇਹ ਕਿ ਇਹ ਮੈਂ ਉਮੀਦ ਕਰਦੀ ਹਾਂ ਕਿ ਇਹ ਬਹੁਤ ਜਲਦ ਪੰਜਾਬ ਦੇ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ ਠੀਕ ਹੈ ਤੇ ਜਿਹੜੇ ਸਟੂਡੈਂਟਸ ਪੰਜਾਬ ਦੇ ਵਿੱਚ ਲਾਗੂ ਹੋਣ ਦੇ ਲਈ ਸਹਿਮਤ ਤਾਂ ਤਾਂ ਉਹ ਵੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਣ ਰੀਸੈਂਟਲੀ ਰਾਜਸਥਾਨ ਦੀ ਗਵਰਨਮੈਂਟ ਨੇ ਆਪਣੇ ਬਜਟ ਵਿੱਚ ਆਰਿਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਮੁਫਤ ਕਰਨ ਦੀ ਯੋਜਨਾ ਪੇਸ਼ ਕੀਤੀ ਆ অপਸ਼ਨ ਬੀ ਇਸ ਦਾ ਰਾਈਟ ਆਨਸਰ ਰਾਜਸਥਾਨ ਜੈਨਕੀ ਇਸ ਦਾ ਮਤਲਬ ਕੀ ਆ ਹੁਣ ਰਾਜਸਥਾਨ ਦੇ ਵਿੱਚ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੋਣਗੇ ਉਹਨਾਂ ਦੀ ਇੱਕ ਵੀ ਫੀਸ ਨਹੀਂ ਲਈ ਜਾਵੇਗੀ ਠੀਕ ਹੈ ਇਹ ਇਸ ਦਾ मीनिंग ਜਿਹੜੀ ਕਿ ਬਹੁਤ ਵਧੀਆ ਗੱਲ ਆ ਹਾਂਜੀ ਬਹੁਤ ਸਾਰੇ ਸਟੂਡੈਂਟਸ ਫੀਸ ਦੀ ਵਜ੍ਹਾ ਕਰਕੇ ਹੀ ਪੇਪਰ ਨਹੀਂ ਫਿਲ ਕਰ ਸਕਦੇ ਠੀਕ ਹੈ ਇਦਾਂ ਦੇ ਬਹੁਤ ਸਟੂਡੈਂਟਸ ਨੇ ਆਪਣੇ ਪੰਜਾਬ ਦੇ ਵਿੱਚ ਵੀ ਆ ਤੇ ਹਰੇਕ ਰਾਜ ਦੇ ਵਿੱਚ ਵੀ ਆ ਜਿਹੜਾ ਕਿ ਹਰੇਕ ਰਾਜ ਦੇ ਵਿੱਚ ਲਾਗੂ ਹੋਣਾ ਜ਼ਰੂਰੀ ਆ ਕਿਉਂਕਿ ਇੰਨੇ ਜ਼ਿਆਦਾ ਗਵਰਨਮੈਂਟ ਸਕੂਲ ਆ ਜ਼ਰੂਰੀ ਥੋੜੀ ਆ ਪਰ ਇਹਡੇ ਇਹਡੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਹੀ ਪੇਪਰ ਹੋਣ ਠੀਕ ਹੈ ਤਾਂ ਗਵਰਨਮੈਂਟ ਸਕੂਲਾਂ ਦੇ ਵਿੱਚ ਵੀ ਤਾਂ ਹੋ ਸਕਦੇ ਆ ਗਵਰਨਮੈਂਟ ਕਾਲਜਾਂ ਵਿੱਚ ਵੀ ਹੋ ਸਕਦੇ ਆ ਪੇਪਰ ਹਾਂਜੀ ਹੁਣ ਆਪਾਂ ਗੱਲ ਕਰ ਰਹੇ ਆ ਰਾਜਸਥਾਨ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਦੀ ਕੈਪੀਟਲ ਆ ਜੈਪੁਰ ਇੱਥੋਂ ਦੇ ਚੀਫ ਮਿਨਿਸਟਰ ਆ ਸ਼ੋਕ ਗਹਿਲੋਤ ਇੱਥੋਂ ਦੇ ਗਵਰਨਰ ਆ ਕਲਰਾਜ ਮਿਸਰਾ ਰਾਜਸਥਾਨ ਦੇ ਵਿੱਚ ਸਰਿਸਕਾ ਨੈਸ਼ਨਲ ਪਾਰਕ ਆ ਠੀਕ ਹੈ ਰਤੇ ਰਾਜਸਥਾਨ ਦੇ ਵਿੱਚ ਰਨ ਥੰਬੋਰ ਨੈਸ਼ਨਲ ਪਾਰਕ ਆ ਠੀਕ ਹੈ ਜੀ ਇਹ ਵੀ ਤੁਸੀਂ ਯਾਦ ਰੱਖਣਾ ਤੇ ਰਾਜਸਥਾਨ ਦੇ ਵਿੱਚ ਡੈਜ਼ਰਟ ਨੈਸ਼ਨਲ ਪਾਰਕ ਆ ਇਸ ਤੋਂ ਇਲਾਵਾ ਰਾਜਸਥਾਨ ਦੇ ਵਿੱਚ ਮੁਕੁੰਦਰਾ ਨੈਸ਼ਨਲ ਪਾਰਕ ਆ ਕਿਹੜਾ ਮੁਕੁੰਦਰਾ ਨੈਸ਼ਨਲ ਪਾਰਕ ਆ ਕੁੰਬਲਗੜ ਨੈਸ਼ਨਲ ਪਾਰਕ ਰਾਜਸਥਾਨ ਦੇ ਵਿੱਚ ਤੇ ਇਸ ਤੋਂ ਇਲਾਵਾ ਕੀਓਲ ਕੀਓਲਾਦੇਉ ਨੈਸ਼ਨਲ ਪਾਰਕ ਰਾਜਸਥਾਨ ਦੇ ਵਿੱਚ ਇੰਪੋਰਟੈਂਟ ਨੈਸ਼ਨਲ ਪਾਰਕ ਹੈ ਰਾਜਸਥਾਨ ਦੇ ਤੇ ਰਾਜਸਥਾਨ ਵਿੱਚ ਭਾਰਤੀ ਫੌਜ ਦੀ ਦੱਖਣੀ ਪੱਛਮੀ ਕਮਾਂਡ ਵੱਲੋਂ ਸ਼ਤਰੂਨਾਸ਼ ਅਭਿਆਸ ਦਾ ਆਯੋਜਨ ਕੀਤਾ ਗਿਆ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਵਿੱਚ ਰਾਜਸਥਾਨ ਦਾ ਝੋਜਨੂ ਜ਼ਿਲ੍ਹਾ ਟੌਪ ਤੇ ਰਿਹਾ ਜੈਪੁਰ ਇੰਡੀਆ ਸਟੋਨ ਮਾਰਟ ਅੰਤਰਰਾਸ਼ਟਰੀ ਪ੍ਰਦਰਸ਼ਨੀ ਦੇ 11ਵੇਂ ਸੰਸਕਰਨ ਦੀ ਮੇਜ਼ਬਾਨੀ ਕਰੇਗਾ। ਅਗਲਾ ਪ੍ਰਸ਼ਨ ਹਾਲ ਹੀ ਵਿੱਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਕਿਹੜੇ ਦੇਸ਼ ਨੇ ਮਿਲ ਕੇ ਸਾਈਬਰ ਸੁਰੱਖਿਆ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ? ਹਾਂਜੀ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇਸ਼ ਨੇ ਮਿਲ ਕੇ ਸਾਈਬਰ ਸੁਰੱਖਿਆ ਲਈ ਇੱਕ ਮੁਹਿੰਮ ਸ਼ੁਰੂ ਕੀਤੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਭਾਰਤ ਦੀ ਕੈਪੀਟਲ ਕੀ ਆ ਨਵੀਂ ਦਿੱਲੀ ਆਸਟ੍ਰੇਲੀਆ ਦੀ ਕੈਪੀਟਲ ਆ ਕੈਨਵਰਾ ਜਾਪਾਨ ਦੀ ਕੈਪੀਟਲ ਆ ਟੋਕੀਓ ਹੁਣ ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੀ ਤਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਕੌਣ ਨੇ ਅਮਰੀਕਾ ਦੀ ਪਹਿਲਾਂ ਤਾਂ ਕੈਪੀਟਲ ਪਤਾ ਹੋਣਾ ਚਾਹੀਦਾ ਵਾਸ਼ਿੰਗਟਨ ਡੀਸੀ ਇਥੋਂ ਦੀ ਕਰੰਸੀ ਆ ਅਮਰੀਕਨ ਡਾਲਰ ਇਥੋਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਕੌਣ ਨੇ ਜੋ ਵਾਈਡਨ ਤੇ ਇਥੋਂ ਦੇ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ ਅਮਰੀਕਾ ਨੇ 30 ਸਾਲਾਂ ਬਾਅਦ ਸਲੋਮਨ ਟਾਪੂ ਦੇ ਵਿੱਚ ਆਪਣਾ ਦੂਤਾਵਾਸ ਭੇਜਿਆ ਜਾਂ ਦੂਤਕਰ ਖੋਲ੍ਹਿਆ ਕੈਵਿਨ ਮੈਕਕਾਮਾਰਟ ਮੈਕ ਕਾਰਥੀ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਦੇ ਅਗਲੇ ਸਪੀਕਰ ਚੁਣਿਆ ਗਿਆ ਅਮਰੀਕਾ ਨੇ ਸਰਹੰਦ ਪਾਰੋਂ ਆਉਣ ਵਾਲੇ ਲੋਕਾਂ ਲਈ ਨਵਾਂ ਕਾਨੂੰਨ ਬਣਾਇਆ ਅਮਰੀਕੀ ਰਾਸ਼ਟਰਪਤੀ ਨੇ ਸਾਮਲਿੰਗੀ ਵਿਆਹ ਕਾਨੂੰਨ ਤੇ ਦਸਤਖਤ ਕੀਤੇ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ